ਕਰੇ ਪਹਿਲੇ ਸੁਣੀ ਹੋਵੇ, ਜੇ ਨਾ ਸੁਣੀ ਹੋਵੇ ਫਿਰ ਲੁਕ ਦੁਬਾਲਾ ਹੋਰ ਹੋ ਜਾ ਸੀ, ਤੇ ਜੇ ਕਦੇ ਪਹਿਲੇ ਨਹੀਂ ਸੁਣੀ ਹੋਈ ਤੇ ਸ਼ੱਕ ਨਾ ਕਰਿਆ ਮੇਰੇ ਕੋਲ ਬਾਅਦ ਜਰਾ ਮੈਂ ਲਵਾਲਾ ਪੁੱਛ ਲੈਣਾ ਐਵੇਂ ਖਾਮ ਕਰ ਤਸ਼ਕੀਕ ਜੇ ਨਾ ਪੜ ਜਾਣਾ। ਪਰਸੋਂ ਮੈਨੇ ਇੱਕ ਜਗ੍ਹਾ ਬਿਆਨ ਕੀ, ਵਹਾਂ ਸੇ ਜਨਾਬ ਵਹਾਂ ਸੇ ਫੋਨ ਕਰਕੇ ਵੋ ਮੋਲਵੀ ਬਜਾਏ ਮੇਰੇ ਸੇ ਪੁੱਛ ਰਹੇ ਕਿ ਨਾ ਯਹਾਂ ਉਲਮਾ ਪੜਮਨੋਂ ਸੇ ਫੋਨ ਕੇ, ਉਹਨਾਂ ਨੇ ਮੇਰੇ ਕੋ ਫੋਨ ਕੀਆ, ਸੂ ਗਰੀਬ ਨਵਾਜ਼ ਹੈ ਗੱਲ ਹੈ ਤਾਂ ਸਾਂ ਉਹਨੂੰ ਚੰਗਾ। ਮੈਂ ਕਿਹਾ ਉਹਨਾਂ ਨੇ ਛਿੱਕਣਾ ਨਹੀਂ ਸੀ, ਉਹਨਾਂ ਨੂੰ ਮੇਰਾ ਪਤਾ ਦੱਸ ਦੇ, ਉਹ ਨਵੀਂ ਨਵੀਂ ਗੱਲ ਹੈ, ਉਹ ਨਵੀਂ ਨਵੀਂ ਗੱਲ ਕਈ ਪੁਰਾਣੀ ਹੈ। ਮੁਕ ਹਮ ਤੋਂ ਰਾਤ ਸਾਰੀ ਕਿਤਾਬੇ ਵੀ ਤੁਹਾਨੂੰ ਪਹਿਲੇ ਜ਼ਿੰਦਗੀ ਦੀ ਸ਼ੁਰੂ ਤੋਂ ਮੈਂ ਕਹਿ ਦਿੱਤਾ ਵੀ ਸਾਨੂੰ ਦੂਜੀ ਗੱਲ ਆਉਂਦੀ ਪੂਰੀ, ਅਸਾਂ ਸਾਰੀ ਕਿਤਾਬ ਅੱਲਾ ਦੀ ਕਸਮ ਚਾ ਕੇ ਮੈਂ ਮੇਰੀ ਗੱਡੀ ਪਿਛਲੀ ਸੀਟ ਭਰੀ ਹੋਈ ਕਿਤਾਬਾਂ ਨਾਲ, ਪਰ ਮੈਂ ਇੰਜ ਕੱਪੜ ਦਾ ਨਾ ਪੜ੍ਹ, ਜਿਹੜੀ ਗੱਲ ਹਜ਼ੂਰ ਦੀ ਸ਼ਾਨ ਦੇ ਮੁਤਾਬਕ ਨਾ ਨਾ ਲੱਗੇ ਮੈਨੂੰ, ਮੈਂ ਉਹ ਕੱਟਾ ਫੇਰ ਦਿੰਦਾ ਆਪਣੇ ਪਾਪ ਦੀ ਕਸਮ ਚਾ ਜਿੱਥੇ ਹਜ਼ੂਰ ਦੀ ਸਹਿਮਤ ਜ਼ਰਾ ਮੈਨੂੰ ਲੱਗੇ ਨਾ ਇੱਥੇ ਅਟਕ ਗਈ ਹੈ, ਵਹਾਂ ਪਰ ਮੈਂ ਕਹਤਾ ਹੂੰ ਯੂਸਫ ਸ਼ਾਹ ਦੇ ਪੈਨਸਲ ਮੇਰੇ ਤੇ ਨੋਟ ਲਿਖਣਾ ਸ਼ੁਰੂ ਕਰ ਦੇਈ। ਦਰਵਾਜ਼ੇ ਵਿੱਚੋਂ ਨਾਮ ਪਰ ਵੀ ਯਹਾਂ ਹਾਥ ਹੋਤਾ ਹੈ, ਅਸਾਬ ਕੇ ਨਾਮ ਪਰ ਵੀ ਯਹਾਂ ਸਮਝ ਮੇ ਆਈ ਹੈ। ਉੱਠ ਕੇ ਹੱਥ ਪਰ ਕੌਣ ਜੀ ਅਦਲ ਬੁਕਰ ਆ ਹੱਥ ਬਣ ਕੇ ਬੋਲੋ ਕੌਣ ਜਿਬਰੀਲ ਹਜ਼ੂਰ ਨੇ ਵੱਡਾ ਬੜੀ ਤਸੀਮ ਕਰਦੇ ਆ ਮੇਰੇ ਯਾਰ ਦੀ, ਉਹਨਾਂ ਕਹੇ ਜਨਾਬ ਉਹਨਾਂ ਦੀ ਥੋੜੀ ਕਰਦਾ ਹਜ਼ੂਰ ਨੇ ਫਰਮਾਇਆ ਬੜੀ ਤਸੀਮ ਕਰਦੇ ਆ ਮੇਰੇ ਯਾਰ ਦੀ, ਉਹਨਾਂ ਦੀ ਦਿੱਤੀ ਹੁਣ ਦੀ ਥੋੜੀ ਕਰਦਾ ਉਹ ਦੀ ਕਰਦਾ ਜਦੋਂ ਆਤਮ ਪਾਕ ਬੜੇ ਹਜ਼ੂਰ ਵੀ ਇੰਝ ਹੀ ਕਰਦੇ ਜਿਬਰੀਲ ਨੂੰ ਪੁੱਛਦੇ ਕੀ ਗੱਲ ਹੈ ਹਜ਼ੂਰ ਪੁੱਛਿਆ ਦੱਸ ਜਿਬਰੀਲ ਫਿਰ ਕਿੰਝ ਫਿਰ ਕਦੋਂ ਵੀ ਕਰਦੇ, ਉਹਨਾਂ ਕਿਹਾ ਜਨਾਬ ਕਰਦੇ ਆ ਫਿਰ ਇੰਝ ਦੀ ਮੈਂ ਅਰਜ਼ ਕਰਾਂ ਵੀ ਮੈਂ ਨਾ ਉਹ ਜਦੋਂ ਆਦਮ ਪਾਕ ਦਾ ਪੁਤਲਾ ਬਣਾਇਆ ਗਿਆ ਨਾ ਤੇ ਵਿੱਚ ਫੂੰਕੀ ਰੂਹ ਫੂੰਕਣ ਵਾਲੇ ਅੱਲਾ ਜੀ ਨੇ ਵਕਤ ਤੁਸੀਂ ਮਰ ਰੂਹੀ ਰੂਹ ਜਦੋਂ ਫੂਕੀ ਜਨਾਬ ਤੇ ਫਿਰ ਜਨਾਬ ਅੱਲਾ ਪਾਕ ਨੇ ਫਰਮਾਇਆ ਉਸ ਚੁਦੂਲੇ ਆਦਮ ਬਸ ਚੁਦੂ ਮਿਲਾ ਕੇ ਕੋਲ ਬਸ ਚੁਦੂਲਿਆ ਚਲੋ ਵੀ ਸਜਦਾ ਕਰ ਦਿਓ ਜਨਾਬ ਸਾਰੇ ਸਜਦੇ ਡਿੱਗੇ ਇਹ ਇਬਲੀਸ ਡਿੱਗਿਆ ਕੁਝ ਮੈਂ ਅੱਜ ਕਰਕੇ ਤੋ ਕਿਹਾ ਸ਼ੈਤਾਨ ਹੋ ਗਿਆ ਕਿ ਇਹ ਤਾਂ ਡਿੱਗਿਆ ਨਹੀਂ ਸਜਦੇ ਹੈ ਤਾਂ ਉਸਤਾਦ ਹੈ ਤੇ ਜਾਣਦਾ ਵੀ ਬਥੇਰਾ ਹੈ ਇਹ ਬਾਕੀ ਸਜਦੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਡਿੱਗਾ ਸਜਦੇ ਚ ਨਾ ਡਿੱਗਾ ਕਰਾਂ ਨਾ ਕਰ ਮੇਰੇ ਦਿਲ ਵਿੱਚ ਖਿਆਲ ਚੱਲਿਆ ਇਤਨੇ ਵਿੱਚ ਸਾਹਮਣੇ ਇੱਕ ਗੁੰਬਦ ਸੀ ਜਿਹੜਾ ਚਮਕਿਆ ਜਿਹੜਾ ਗੁੰਬਦ ਹੈ ਸੁਨੀ ਪਹਿਲਵਾਨ ਨੂੰ ਗੌਰ ਕਰਨਾ ਸੁਨੀ ਮੈਂ ਲੋਹੀ ਪਹਿਲਵਾਨ ਨੂੰ ਸੁਨੀ ਪਹਿਲਵਾਨ ਕਹਿ ਰਹਾ ਸੁਨੀ ਪਹਿਲਵਾਨ ਨੂੰ ਇਹ ਗੌਰ ਕਰਨਾ ਕਾ ਔਰ ਗੁੰਬਦ ਚਮਕਿਆ ਤੇ ਜਦੋਂ ਇਹ ਜਿਵੇਂ ਲਾਈਟ ਨਹੀਂ ਚਮਕਦੀ ਜਿਵੇਂ ਬਿਜਲੀ ਚਮਕਦੀ ਹੈ ਤੇ ਕਾ ਜਬ ਚਮਕਾ ਨਾ ਤੇ ਉਸ ਗੁੰਬਦ ਕੀ ਇੱਕ ਇੱਕ ਟਾਇਲ ਪਰ ਜੇ ਨਜ਼ਰ ਆਇਆ ਇੱਕ ਇੱਕ ਚੱਪੇ ਤੇ ਅਬੂ ਬਕਰ ਅਬੂ ਬਕਰ ਅਬੂ ਬਕਰ ਜਿਬਰੀਲ ਕੇ ਮੁਸ਼ਕਲ ਕੁਸ਼ਾ ਹੋ ਉਸ ਗੁਲਾਮ ਕੇ ਸਰਦਾਰ ਮੁਹੰਮਦ ਅਰਬ